ਇਹ ਹੈਗੀ ਆ ਸਟ੍ਰੋਬੇਰੀ ਵਾਲੀ, ਪਾਨ ਵਾਲੀ ਤੇ ਆ ਚੋਕਲੇਟ ਵਾਲੀ। ਚੋਕਲੇਟ ਵਾਲੀ ਖਾਣੀ ਨਹੀਂ ਮੈਨੂੰ, ਕੱਚਾ ਅੱਲਾ ਲਾਉਂਦਾ। ਅੱਛਾ ਕੰਬ ਵਾਲੀ, ਮੈਂ ਸਟ੍ਰੋਬੇਰੀ ਵਾਲੀ ਖਾਊਂਗਾ। ਚੇਅਰਸ ਡਿਡਨਟ ਡੂ ਦ ਚੇਅਰਸ, ਲਿਸਨ ਚੇਅਰਸ ਨੋ ਚੇਅਰਸ। ਖੜ ਜਾ ਖੜ ਜਾ, ਛੇ ਛੇ ਦੀ ਖਾ ਲਾ। ਉਹਨਾਂ ਨੇ ਕਿਹਾ 5 ਮਿੰਟ ਨੇ ਆਪਣੇ ਕੋਲੇ, ਚੁੱਪ ਰੱਜ ਕੇ ਖਾ ਲਵਾਂਗੇ। ਆ ਕਰੀਮ ਰੋਲ ਦਾ ਕੀ ਹਿਸਾਬ? ਕਰੀਮ ਰੋਲ ਖਾਏਂ? ਸਭ ਫੜੇ ਜਾਣਗੇ ਵੀ, ਸਭ ਫੜੇ ਜਾਣਗੇ, ਸਾਰੇ ਫੜੇ ਜਾਣਗੇ ਵੀ, ਸਭ ਫੜੇ ਜਾਣਗੇ। ਕਿਵੇਂ ਵੀ ਪਾਰਾ ਸਿੰਘ? ਬਹੁਤ ਵਧੀਆ ਜੀ, ਬਹੁਤ ਵਧੀਆ। ਕੀ ਬਾਤ ਹੈ ਜੀ, ਕੀ ਬਾਤ ਹੈ। ਬੈਠੋ, ਬਹਿ ਗਿਆ ਬਹਿ ਗਿਆ ਬਾ, ਲੈ ਲਓ ਤੁਸੀਂ ਟੋਫੀਆਂ ਵੀ ਖਾ ਸਕਦੇ। ਤੂੰ ਵੀ ਖਾ ਟੋਫੀ ਯਾਰ, ਮੂੰਹ ਮਿੱਠਾ ਕਰ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਕਿੰਨੇ ਦੀ ਹੈ ਸਾਨੂੰ ਦੱਸ ਦਿਓ ਨਾ। ਤੁਹਾਡੇ ਲਈ ਕੋਈ ਪੈਸੇ ਨਹੀਂ ਹੈ, ਮੁਫਤ, ਬਿਲਕੁਲ ਮੁਫਤ। ਹਾਲਾ ਫਿਰ ਦੋ ਹੋਰ ਲੈ ਲਾ, ਫ੍ਰੀ ਨੇ। ਨਹੀਂ ਦੋ ਕਿਹਾ ਉਹਨਾਂ ਨੇ, ਇੰਨੀਆਂ ਨਹੀਂ ਕਿਹਾ। ਆ ਦੋ ਹੀ ਮੇਰੇ ਆਰਡਰ ਹੀ ਆ। ਅੱਛਾ, ਇਥੋਂ ਆਈਟਮ ਦੋ। ਹਾਂ ਬਸ, ਤੁਹਾਡੇ ਗਿਣਤੀ ਇਹ ਮੈਨੂੰ ਲੱਗਦਾ ਵੱਧ ਹੀ ਤੁਰੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਹੁਤ ਬਹੁਤ ਸਵਾਗਤ ਹੈ ਜੀ ਮੇਰੀ ਰੇੜੀ ਦੇ ਉੱਤੇ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਵੀਰੇ, ਸਾਨੂੰ ਬੁਲਾਉਣ ਲਈ ਤੁਹਾਡਾ ਜ਼ਿਆਦਾ ਧੰਨਵਾਦ ਜੀ। ਤੇ ਤੁਹਾਡਾ ਵੀ ਸਾਰਿਆਂ ਦਾ ਸਵਾਗਤ ਹੈ ਜੀ ਚਾਹ ਤੇ ਚੁਸਕੀ, ਪਾਵਰਡ ਬਾਏ ਐਕਸਪਰਟ ਡਿਸ਼ਵਾਸ਼ ਬਾਰ। ਭਾਜੀ ਕਿਆ ਬਾਤ ਹੈ ਯਾਰ, ਕਿਆ ਨਾ ਸੌਫ ਯਾਰ, ਕਿਆ ਬੋਲਦਾ ਯਾਰ ਬੰਦਾ, ਅਮੇਜ਼ਿੰਗ। ਅੱਛਾ ਜੀ, ਸਵਾਦ ਆਇਆ ਕਿੰਨੀਆਂ ਚੀਜ਼ਾਂ? ਪਾਣੀ, ਦੁੱਧ, ਪੱਤੀ, ਸ਼ੂਗਰ, ਫਿਰ ਆਪਾਂ ਐਕਸਟਰਾ ਤੇ ਕੁਛ ਵੀ ਪਾ ਸਕਦੇ। ਮਤਲਬ ਕੁੱਲ ਮਿਲਾ ਕੇ 4 ਜੀਆਂ ਭਾਜੀ, ਮੈਨੂੰ 5 ਲੱਗਦੀਆਂ। ਐਕਸਪਰਟ ਡਿਸ਼ਵਾਸ਼ ਬਾਰ, ਬਸ ਭਾਂਡੇ ਵੀ ਧੋ ਕੇ ਭਾਜੀ ਫਿਰ ਪਲਾਣੀ ਹੈ ਨਾ ਚਾਹ। ਹਾਂ ਬਿਲਕੁਲ, ਸਾਫ ਸਫਾਈ, ਹਾਈਜੀਨ ਰੱਖਿਓ। ਤੁਸੀਂ ਦਾ ਭਾਂਡਾ ਕੁਲ ਭਾਜੀ ਬਿਲਕੁਲ ਦੋਤਾ ਸੀਗਾ। ਅੱਛਾ, ਤੁਸੀਂ ਦੋਨੋਂ ਮੇਰੀ ਰੇੜੀ ਤੇ ਆਇਓ ਹਨਾ, ਮੇਰੇ ਦਿਮਾਗ ਦੇ ਵਿੱਚ 2 ਤੋਂ 4 ਲਾਈਨਾਂ ਆਈਆਂ ਨੇ, ਇਜਾਜ਼ਤ ਹੈ? ਕੱਢ ਦੋ ਛੇਤੀ। ਠੀਕ ਹੈ ਜੀ, ਛੜਾ ਛੜਾ ਕਰਦਾ ਹੈ ਰਹਿੰਦਾ, ਛੜਾ ਛੜਾ ਕਰਦਾ ਹੈ ਰਹਿੰਦਾ, ਸਭ ਫੜੇ ਜਾਣਗੇ ਯਾਰਾਂ ਨੂੰ ਉਹ ਕਹਿੰਦਾ, ਦਿਲ ਦੀਆਂ ਗੱਲਾਂ ਵਾਲੀ ਜੋੜੀ ਬਾਹਲੀ ਫੱਬੀ। ਸੋ ਮੇਰੀ ਰੇੜੀ ਤੇ ਆਏ ਨੇ ਜੀ ਪਰਮੇਸ਼ ਵਰਮਾ ਤੇ ਵਾਮਿਕਾ ਗੱਬੇ। ਕਿਆ ਬਾਤ, ਕਿਆ ਨੇ ਬਾਤਾਂ, ਕਿਆ ਨੇ ਬਾਤਾਂ। ਤੁਹਾਡਾ ਵੀ ਰਹਿ ਗਿਆ, ਕਰੀ ਤੁਸੀਂ ਵੀ ਕਹਿ ਦਿਓ। ਮੈਂ ਕਹਿੰਦਾ ਕਿਆ ਨੇ ਬਾਤਾਂ, ਵਾਹ ਕਿਆ ਨੇ ਬਾਤਾਂ ਭਾਜੀ। ਇਹ ਹੁਣ 3 ਮਹੀਨੇ ਨੂੰ ਪਤਾ ਲੱਗਣਗੇ ਜੀ ਕਿਆ ਨੇ ਬਾਤਾਂ, ਕਿਆ ਨੇ ਬਾਤਾਂ। ਬਿਲਕੁਲ ਭਾਜੀ, ਦਿਲ ਦੀਆਂ ਗੱਲਾਂ ਭਾਜੀ ਉਹਨਾਂ ਦੀ। ਤਾਂ ਵਾਮਿਕਾ ਜੀ ਦੀ ਫਿਲਮ ਆ ਰਹੀ ਹੈ ਜੀ, ਸਾਰੇ ਜਾਣੇ ਜ਼ਰੂਰ ਦੇਖਣ ਜਾਣੀ ਹੈ ਜੀ। ਟ੍ਰੇਲਰ ਤੇ ਗਾਣੇ ਰਿਲੀਜ਼ ਹੋ ਗਏ ਹੋਏ ਨੇ, ਓਹ ਮਜ਼ਾ, ਸਾਰੀ ਰਾਤ ਸੁਣਦੇ ਰਹੋ, ਸੋ ਜਾਓ। ਕਿਆ ਬਾਤ ਹੈ, ਇਹ ਤਰੀਫ ਹੋਈ ਆ, ਤਰੀਫ ਹੀ ਆ, ਤਰੀਫ ਹੀ ਆ ਭਾਜੀ। ਦੇਖੋ ਫਿਰ ਰੋਮਾਂਟਿਕ ਗਾਣਾ ਲਾ ਕੇ ਸੋ ਜਾਓ, ਨੀਂਦ ਤਾਂ ਆਏਗੀ ਨਾ ਹੁਣ ਬੰਦਾ ਰੋਮਾਂਟਿਕ ਗਾਣਾ ਸਾਰੀ ਰਾਤ ਹੋਣਾ ਜ਼ਿਆਦਾ ਰਹੇ ਇਕੱਲਾ ਹੀ ਜਾ ਵੀ ਨਾ ਸਾਡੇ ਵਰਗਾ। ਐਡੀਟਿੰਗ ਬੰਦਾ ਕਰਦਾ ਹੋਵੇ ਤਾਂ ਫਿਰ ਬੰਦਾ ਜਾਵੇ, ਹੈ ਕਿ ਨਹੀਂ? ਹਾਂਜੀ ਭਾਈ, ਇਹ ਤਾਂ ਗੱਲ ਹੈ ਹਨਾ। ਅੱਛਾ ਪਾਰੇ ਗੱਲ ਦੱਸ ਯਾਰ, ਹਾਂਜੀ, ਤੇਰੀ ਇੰਨੀ ਸੋਹਣੀ ਰੇੜੀ ਆ, ਬੜੇ ਜਗਮਾ ਕਰਦਾ ਸਮਾਨ ਆ ਇੱਥੇ, ਤਰ੍ਹਾਂ ਤਰ੍ਹਾਂ ਦੇ ਪਦਾਰਥ ਪਏ ਨੇ, ਚਾਹ ਚੂ ਵੀ ਪਏਗਾ ਗੱਲਾਂ ਨਾਲ ਹੀ ਸਾਰੇਗਾ? ਬਿਲਕੁਲ ਭਾਜੀ, ਪਰ ਚਾਹ ਪਿਆ ਉਹ ਜਿਹੜੀ ਪੀ ਕੇ ਨਾ ਦਿਲ ਦੀਆਂ ਗੱਲਾਂ ਨਿਕਲਣ ਸਾਡੇ ਦਿਲ ਚੋਂ ਬਾਹਰ। ਅੱਛਾ ਭਾਜੀ, ਮੇਰਾ ਨਾ ਚਾਹ ਦਾ ਮੈਨਿਊ ਹੈ, ਠੀਕ ਹੈ, ਮੈਂ ਤੁਹਾਨੂੰ ਚਾਹ ਦਾ ਮੈਨਿਊ ਸੁਣਾਉਣਾ, ਠੀਕ ਹੈ, ਤੇ ਉਹਦੇ ਵਿੱਚ ਤੁਸੀਂ ਦੱਸ ਦੇਣਾ ਕਿਹੜੀ ਚਾਹ ਪੀਣੀ ਹੈ, ਠੀਕ ਹੈ ਜੀ? ਹਾਂਜੀ, 1 2 3 4 ਲਓ ਜੀ ਚਾਹ ਤੇ ਜੁਸਕੀ, ਤੁਹਾਡਾ ਧੰਨਵਾਦ। ਕਿਹੜੀ ਵਾਲੀ ਪੀਣੀ? ਹਰ ਚਾਚੀ ਸਵਾਦ ਹੈ, ਸੌਂ ਵਾਲੀ, ਲੱਚ ਵਾਲੀ, ਡਿਟੋ ਕਰਦੀ, ਚਾਚੀ ਵਾਲੀ, ਮਰੱਠੀ ਵਾਲੀ, ਅਦਰਕ ਵਾਲੀ, ਲੌਂਗ ਵਾਲੀ, ਚਾਹੇ ਇੱਕੋ ਕੁੱਟ ਨਾਲ ਤੁਹਾਡੀ ਨਿਕਲ ਜਾਏਗੀ। ਵਾਹ, ਗੁਲਾਬ ਚਾਹ ਪਲਾਵੀ ਬੜੇ ਪਿਆਰ ਦੇ ਨਾਲ, ਕਬੀ ਚਾਹ ਪਲਾਵੀ ਬੜੇ ਸਤਿਕਾਰ ਦੇ ਨਾਲ, ਜਿੱਦਾਂ ਤੁਸੀਂ ਕਹੋਗੇ ਮਿੱਠਾ ਪੱਤੀ ਘੱਟ, ਪਰ ਤੁਹਾਡੇ ਲੈ ਕੇ ਆਏਗਾ ਚਾਹ ਝਟਪਟ। ਆ ਜਿਹੜੀ ਤੂੰ ਸੁਣਾਈ ਆ ਨਾ, ਹਾਂਜੀ, ਆ ਨਹੀਂ ਬਣਾਉਣੀ। ਆਇਆ ਲਓ ਜੀ, ਹਾਂਜੀ, ਹੁਣ ਬਣਾਵਾਂਗੇ ਜੀ ਆਪਾਂ ਚਾਹ। ਲਓ ਜੀ, ਚਾਹ ਦਾ ਜਿਹੜਾ ਮੇਨ ਫੰਡਾ ਇਹ ਆ, ਹਾਂਜੀ, ਕਿ ਜਿਵੇਂ ਆਪਾਂ ਚਾਹ 'ਚ ਅੱਧਾ ਦੁੱਧ ਪਾਉਂਦੇ ਤੇ ਅੱਧਾ ਪਾਣੀ ਪਾਉਂਦੇ ਆ, ਹਾਂਜੀ, ਇਹ 'ਚ ਆਪਾਂ ਦੁੱਧ ਜ਼ਿਆਦਾ ਪਾਈਦਾ, ਪਾਣੀ ਘੱਟ ਪਾਈਦਾ। ਸੋ ਮੰਨ ਲਓ ਜੇ 3 ਕੱਪ ਚਾਹ ਨੇ, ਤਾਂ 2 ਕੱਪ ਦੁੱਧ ਦੇ ਤੇ 1 ਕੱਪ ਪਾਣੀ ਦਾ, ਠੀਕ ਹੈ ਜੀ? ਇਹ ਥੋੜਾ ਜ਼ਿਆਦਾ ਸੇਫਟੀ ਬਣਾ ਕਿਉਂਕਿ ਉਬਾਲਾ ਵੀ ਦੇ ਦੇਣਾ। ਹਾਂਜੀ ਭਾਜੀ, ਇਹ ਉੱਡ ਕੇ ਉੱਪਰ ਵੀ ਚੱਲ ਜਾਂਦਾ। ਉਦੋਂ ਬਾਅਦ ਜਿਹੜਾ ਸਭ ਤੋਂ ਮੇਨ ਇਨਗਰੀਡੀਐਂਟ ਆ, ਹਾਂਜੀ, ਉਹ ਇਹ ਆ ਕਿ ਜਿੰਨੇ ਕੱਪ ਚਾਹ ਦੇ ਜੀ, ਉਹਨੇ ਕੱਪ ਪੱਤੀ, ਉਹਨੇ ਚਮਚੇ ਪੱਤੀ, ਕੱਪ ਉਹਨੇ ਚਮਚੇ ਸ਼ੱਕਰ ਪਾਉਣਾ ਹੁੰਦਾ, ਪਰ ਸ਼ੱਕਰ ਹੈ ਨੀ, ਚਲੋ ਆਪਾਂ ਖੰਡ ਪਾ ਲੈਣੇ ਆ ਇੱਥੇ। ਭਾਜੀ ਹੁਣ ਤਾਨੀਆਂ ਗੱਲਾਂ ਹੀ ਸ਼ੱਕਰ ਨੇ, ਕਿਆ ਮਾਤਾ। ਤਾਂ ਫਿਰ ਮੈਂ ਗੱਲਾਂ ਹੀ ਬੋਲ ਦੂੰਗਾ ਕੱਪ 'ਚ। ਨਹੀਂ ਨਹੀਂ ਫੇਰ ਫਿੱਕੀ ਭਾਜੀ, ਵੀ ਸ਼ੂਗਰ ਡਿੱਗ ਵੀ ਜਾਂਦੀ ਹੁੰਦੀ। ਚਮਚਾ ਕਿੱਥੇ ਗਿਆ ਆਪਣਾ ਚਮਚਾ? ਮਾਮਾ ਕਹ ਹੈਲਪ ਕਰੋ ਚਮਚਾ ਕੱਢ ਕੇ। ਚਲੋ ਐ ਕਰੋ, ਕਹਿੰਦੇ ਸ਼ੂਗਰ ਸਵਾਦ ਅਨੁਸਾਰ ਤੇ ਹਵਾ ਔਕਾਤ ਅਨੁਸਾਰ, ਬਿਲਕੁਲ ਨਹੀਂ, ਬਿਲਕੁਲ ਪਾਲੋ ਜਿੰਨੀ ਤੁਸੀਂ ਪਾਉਣੀ ਹੈ ਸ਼ੂਗਰ, ਸ਼ੂਗਰ ਆਪ ਵਾਮ ਕੈਸਾ ਹਾਲ, ਕੁੜੀਆਂ ਥੋੜਾ ਘੱਟ ਵੱਧ ਦੇਖਦੀਆਂ ਹੁੰਦੀਆਂ ਨੇ ਚੀਨੀ ਕਿ ਨਹੀਂ, ਤੁਸੀਂ ਦੇਖੋ ਤੁਸੀਂ ਕਿੰਨੀ ਪੀਓ। ਮੈਨੂੰ ਨਹੀਂ ਪਤਾ ਕਿੰਨੀ ਚਾਹੀਦੀ ਹੈ। 3 ਚਮਚੇ ਪਾ ਦੇ ਜਾ, 3 ਚਮਚੇ। ਪਰ ਤੇਰੀ ਕੋਈ ਸਪੈਸ਼ਲ ਰਿਕੁਐਸਟ ਹੋਵੇ ਭਾਜੀ,
ਇਲਾਇਚੀ 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 ਨਾ ਇਲਾਇਚੀ ਆਪਾਂ ਐਂਡ ਚ ਪਾਉਨੇ ਆ ਇੱਕ ਵਾਲਾ ਆ ਜੇ ਇਹਦਾ ਅੱਛਾ ਹਾਂ ਇੱਕ ਵਾਲੇ ਤੋਂ ਬਾਅਦ ਪਾਵਾਂਗੇ ਮੈਂ ਇੰਨੀਆਂ ਚਾਵਾਂ ਬਣਾਈਆਂ ਪਰ ਮੈਂ ਇਹ ਅੱਗੇ ਪਿੱਛੇ ਹੋ ਕੇ ਕਦੀ ਚਾਹ ਨਹੀਂ ਬਣਾਈ ਦੁੱਧ ਪਹਿਲਾਂ ਪਿਆ ਮਿੱਠਾ ਫਿਰ ਬਾਅਦ ਚ ਪਿਆ ਤੂੰ ਪੀ ਕੇ ਦੱਸੀ ਉਸਤਾਦ ਨੂੰ ਚਾਹ ਲੱਗੀ ਕਿਵੇਂ ਕਿ ਨਹੀਂ ਪਤਾ ਲੱਗੇ ਅਗਲੀ ਵਾਰੀ ਪ੍ਰਮੋਸ਼ਨ ਕਰਨ ਕੇ ਇੱਕ ਹੋਰ ਨੇ ਆਉਣਾ ਹੋਵੇ ਕਿ ਬਾਈ ਆਪਾਂ ਪਰਮੀਸ਼ ਭਾਈ ਨੂੰ ਬੁਲਾਉਣੇ ਆ ਚਾਹ ਲਈ ਉਹ ਬਹੁਤ ਵਧੀਆ ਬਣਾਉਂਦੇ ਚਾਹ ਹਾਂਜੀ ਤੂੰ ਗੋਲਡੀਅਰ ਨੂੰ ਪੁੱਛੀ ਕਦੇ ਤਿੰਨ ਚਾਰ ਦੋਸਤ ਨੇ ਠੀਕ ਹੈ ਬਸ ਗੱਲ ਇੰਨੀ ਆ ਮੈਂ ਨਾ ਸਧਰਾ ਆਉਂਦਾ ਥੋੜਾ ਜਿਹਾ ਅੱਛਾ ਮੈਂ ਕੋਈ ਜ਼ਿਆਦਾ ਅੱਜ ਵੀ ਮੈਂ ਜ਼ਿਆਦਾ ਕੋਈ ਸਿਆਣਾ ਨਹੀਂ ਹੈਗਾ ਮੈਂ ਕੋਈ ਗਲਤੀ ਕਰਕੇ ਭੁੱਲ ਜਾਂਦਾ ਮੈਂ ਕਰਤੀ ਸੁਗਨ ਵਿੱਚੋਂ ਕਹਿੰਦਾ ਬਾਈ ਯਾਰ ਤੂੰ ਐ ਕਰਦਾ ਨਹੀਂ ਮੈਂ ਤਾਂ ਨਹੀਂ ਕੀਤਾ ਆ ਦੇਖ ਇਸ ਕਰਕੇ ਮੈਂ ਕੋਈ ਜ਼ਿਆਦਾ ਉਹ ਨਹੀਂ ਮੈਂ ਫੜੇ ਹੀ ਜਾਂਦਾ ਹੁੰਦੇ ਜ਼ਿਆਦਾ ਹਾਂਜੀ ਮਤਲਬ ਤੁਸੀਂ ਇੰਨੇ ਸਿੱਧੇ ਸੀਗੇ ਕਿ ਨੱਕ ਦੀ ਸਿਹਤ ਤੇ ਤੁਸੀਂ ਘਰ ਜਾਂਦੇ ਨੱਕ ਦੀ ਸਿਹਤ ਤੇ ਘਰ ਵਾਪਸ ਆ ਜਾਂਦੇ ਨਹੀਂ ਨਹੀਂ ਏਡਾ ਸਧਰਾ ਵੀ ਨਹੀਂ ਸੀ ਐਂ ਤਾਂ ਮੈਂ ਹਲਕਾ ਜਿਹਾ ਚਲਾਕ ਤੇ ਸੀਗਾ 5% 5% ਹਾਂਜੀ ਹਾਂਜੀ ਤੇ ਵਾਮਿਕਾ ਜੀ ਚੱਕ ਜੀ ਚਾਹ ਰੈਡੀ ਆ ਸਰ ਥੋੜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੋਗਾ ਬੜੇ ਬੜੇ ਸ਼ਹਿਰੋਂ ਮੈਂ ਛੋਟੀ ਛੋਟੀ ਬਾਤਾਂ ਹੁੰਦੀ ਰਹਤੀਆਂ ਆਹ ਦੇਖੋ ਆਪਾਂ ਨਾਲੇ ਇਹਚੋ ਕੀ ਕਹਿੰਦੇ ਨੇ ਥੋੜੀ ਚਾਹ ਜੋ ਹਵਾ ਨਿਕਲ ਜੂਗੀ ਬਿਲਕੁਲ ਗਲਤੀਆਂ ਦੀ ਗੱਲ ਹੋ ਹੀ ਰਹੀ ਸੀ ਦੇਖਿਆ ਮੈਂ ਤੈਨੂੰ ਕਿਹਾ ਸੀ ਨਾ ਮੈਂ ਸਧਰਾ ਆ ਜਾਂ ਆ ਜੱਕ ਭਰਾਵਾ ਚਾਹ ਵੈਸੇ ਬਹੁਤ ਸਵਾਦ ਬਣੀ ਹੈ ਵਾਮਕਾ ਤੇਰਾ ਦਿਲ ਟੁੱਟਿਆ ਇਹ ਪੁੱਛਣਾ ਚਾਹੁੰਦਾ ਕਿਸੇ ਦਾ ਤੋੜਿਆ ਹੋਵੇ ਕੁੜੀਆਂ ਨੇ ਦਿਲ ਤਾਂ ਤੋੜੇ ਹੀ ਹੁੰਦੇ ਨੇ ਦੇਖੋ ਇਹ ਗੱਲ ਤਾਂ ਸੱਚ ਹੈ ਕਿ ਨਹੀਂ ਬਿਲਕੁਲ ਪਹਿਲਾਂ ਦੋ ਵਾਰੀ ਮੇਰਾ ਟੁੱਟਿਆ ਫਿਰ ਤੀਸਰੀ ਵਾਰੀ ਮੈਂ ਫਿਰ ਉਸ ਤੋਂ ਬਾਅਦ ਕਿ ਮੈਂ ਲੋਕਾਂ ਤੋੜਨ ਲੱਗ ਗਈ ਦਿਲ ਪਰ ਤੇਰਾ ਕੇ ਦਿਲ ਟੁੱਟਿਆ ਮੇਰਾ ਭਾਜੀ ਮੇਰਾ ਟੁੱਟਿਆ ਨਹੀਂ ਭਾਜੀ ਮੇਰਾ ਉਦੜ ਗਿਆ ਮੈਂ ਨਹੀਂ ਜਾਣਨਾ ਚਾਹੁੰਦਾ ਤੇਰੇ ਨਾਲ ਕੀ ਹੋਈ ਸੀ ਆਹ ਫੜੋ ਵਾਮਕਾ ਜੀ ਤੁਹਾਡੀ ਚਾਹ ਦੇਖੋ ਥੱਲੋਂ ਮਾੜਾ ਗਰਮ ਹੋਣੀ ਕਿ ਨਹੀਂ ਸਟੂਡੈਂਟ ਵੀਜ਼ੇ ਵਾਲੇ ਆ ਜੀ ਚਾਹ ਚੂਹਾਂ ਸਾਨੂੰ ਸੌਖੀਆਂ ਆਉਂਦੀਆਂ ਤੂੰ ਸਾਗ ਦੱਸ ਆਪਾਂ ਸਾਗ ਕਿੱਦਾਂ ਬਣਾਈਏ ਇੱਥੇ ਸ਼ਾਮ ਦਾ ਰੱਖ ਲੈਂਦੇ ਭਾਜੀ ਸ਼ਾਮ ਦਾ ਫਿਲਮ ਚਾਹ ਗਈ ਚੀਜ਼ ਸੋ ਐਕਸੈਪਟਡ ਜੀ ਹੋ ਗਈ ਥੋੜੀ ਦੇਰ ਲਈ ਚਾਹ ਤੇ ਚੁਸਕੀ ਚੁਸਕੀ ਹੈ ਚੁਸਕੀ ਇਹ ਹੁਣ ਤੂੰ ਸਾਰਿਆਂ ਤੋਂ ਕਰਾਇਆ ਕਰ ਬਿਲਕੁਲ ਭਾਜੀ ਤੇ ਭਾਜੀ ਏਦਾਂ ਫਿਰ ਚਾਹ ਪੀਂਦੇ ਪੀਂਦੇ ਜਿਹੜਾ ਫੁਹਾਰਾ ਵੱਜਿਆ ਸੀ ਕਾਫੀ ਦਾ ਟ੍ਰੇਲਰ ਦੇ ਵਿੱਚ ਉਹਨੇ ਸੱਚੀ ਚ ਵੀ ਵੱਜਿਆ ਉਹ ਵੀ ਏਦਾਂ ਹੀ ਬਣਿਆ ਭਾਜੀ ਓਕੇ ਯੂ ਸੱਚੀ ਯਾ ਇਹਨਾਂ ਮੈਨੂੰ ਪੁੱਛਿਆ ਸੀ ਕਹਿੰਦੇ ਆਪਾਂ ਕਰਦੇ ਹਾਂ ਹਾਂਜੀ ਅੱਛਾ ਭਾਈ ਤੁਹਾਡਾ ਗਾਣਾ ਆਇਆ ਸੀਗਾ ਆ ਲੈ ਚੱਕ ਮੈਂ ਆ ਗਿਆ ਆ ਲੈ ਚੱਕ ਮੈਂ ਆ ਗਿਆ ਕੀ ਰਸਤੇ 'ਚ ਕੁਛ ਪਿਆ ਸੀਗਾ ਉਹਨੂੰ ਕਿਹਾ ਤੁਸੀਂ ਸਾਈਡ ਤੇ ਤੁਸੀਂ ਆ ਰਹੇ ਸੀਗੇ ਜਾਂ ਤੁਸੀਂ ਕਿਸੇ ਦਾ ਸਮਾਨ ਸਮਾਨ ਚੱਕਿਆ ਜਾਂ ਤੁਹਾਡਾ ਕਿਸੇ ਨੇ ਸਮਾਨ ਇਹ ਕਹਾਣੀ ਮੈਂ ਬੜੀ ਵਾਰੀ ਦੱਸੀ ਹੋਈ ਆ ਮੈਂ ਗਾਣਾ ਕਰਨਾ ਚਾਹੁੰਦਾ ਸੀਗਾ ਬਹੁਤ ਦੇਰ ਤੋਂ ਗਾਉਣਾ ਗੁਣਾ ਮੈਨੂੰ ਆਉਂਦਾ ਨੀ ਮੈਂ ਗੋਲਡੀ ਨੂੰ ਕਹਿੰਦਾ ਮੈਂ ਗਾਣਾ ਕਰਨਾ ਦੇਸੀ ਗੁਰੂ ਦੇ ਸਟੂਡੀਓ ਬੈਠੇ ਸੀ ਖੰਨੇ ਆ ਗੋਲਡੀ ਕਹਿੰਦਾ ਮੈਂ ਉਹਨਾਂ ਵੀਡੀਓ ਗੇਮ ਖੇਡਣ ਜਾਂਦਾ ਹੁੰਦਾ ਸੀਗਾ ਤੇ ਦੋਨੇ ਜਣੇ ਵੀਡੀਓ ਗੇਮ ਨੀ ਖੇਡਦੇ ਹੁੰਦੇ ਆਪਾਂ ਦੁਕਾਨ 'ਚ ਹਾਂਜੀ ਹਾਂਜੀ ਉਹ ਵੀਡੀਓ ਗੇਮ ਜਾਣ ਲੱਗੇ ਕਹਿੰਦੇ ਚੱਲ ਤੂੰ ਦੇਖ ਲੈ ਕਿਹੜਾ ਗਾਣਾ ਕਰਨਾ ਸੀ ਗੇਮ ਖੇਡ ਕੇ ਆਏ ਅੱਛਾ ਜੀ ਉਹ ਦੋਨੋਂ ਜਣੇ ਵੀਡੀਓ ਗੇਮ ਖੇਡਣ ਗਏ ਮੈਂ ਪਿੱਛੋਂ ਜਿੰਮੀ ਨੂੰ ਕਾਲ ਕਰ ਲਈ ਕੋਟ ਕਪੂਰੇ ਨੂੰ ਮੈਂ ਜਿੰਮੀ ਮੈਨੂੰ ਗਾਣਾ ਦੇ ਕੋਈ ਜਿੰਮੀ ਨੇ ਆਲਾ ਚੱਕ ਮੈਂ ਆ ਗਿਆ ਭੇਜਤਾ ਅੱਛਾ ਤੇ ਮੈਂ ਲਿਖ ਲਿਆ ਗਾਣਾ
ਵਾਪਸ ਆਇਆ ਮੈਂ ਕਿਹਾ ਮੈਂ ਰੈਡੀ ਹਾਂ ਉਹ ਐਡਾ ਭੈੜਾ ਗਾਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੱਕ ਸਾਲ ਮੈਂ ਇਕੱਲਾ ਹੀ ਵਜਾਈ ਗਿਆ ਆਪਦੇ ਫੋਨ 'ਚ ਫਿਰ ਮੈਂ ਸਾਲ ਉਹ ਗਾਣੇ ਦੀ ਪ੍ਰੈਕਟਿਸ ਕਰਕੇ ਮਤਲਬ ਜਿਵੇਂ ਜਿੰਨਾ ਕੁ ਵੀ ਮੈਂ ਗਾਇਆ ਉਹ ਸਾਲ ਪ੍ਰੈਕਟਿਸ ਕਰਕੇ ਗਾ ਡਾਇਟ ਨਹੀਂ ਚੱਲਦੀ ਫਿਰ ਮੈਂ ਪ੍ਰੈਫਰ ਕਰਦਾ ਮੈਂ ਬਫੇ 'ਚ ਜਾਵਾਂ ਜਿਹੜੇ ਵੀ ਹੋਟਲ 'ਚ ਰਹਿ ਰਿਹਾ ਹੁੰਦਾ ਜਿਹੜੇ ਵੀ ਹੋਟਲ 'ਚ ਰਹਿ ਰਿਹਾ ਹੁੰਦਾ ਫਿਰ ਮੈਂ ਦੇ ਦਾਂ ਕਿ ਬਫੇ ਖੁੱਲ ਗਿਆ ਅੱਛਾ 6 ਵਜੇ ਨੇ ਨਾ ਇਹਨਾਂ ਨੇ ਕੰਮ ਸ਼ੁਰੂ ਨਹੀਂ ਕੀਤਾ 7 ਵਜੇ ਤੱਕ ਮਗੂਗਾ ਕੰਮ ਫਿਰ ਮੈਂ 5 ਵਜੇ ਜਿੰਮ ਜਾਂਦਾ ਅੱਛਾ ਜੀ 6:30-7 ਵਜੇ ਤੱਕ ਮੈਂ ਜਿੰਮ ਲਾਉਣਾ ਠੀਕ ਹੈ ਪੂਰਾ ਘੈਂਟ ਹੈਵੀ ਜਿੱਦਣ ਚੀਟ ਕਰਨਾ ਹੁੰਦਾ ਅੱਛਾ ਬਸ ਫਿਰ ਮੈਂ ਬਫੇ 'ਚ ਵੜ ਜਾਂਦਾ ਐਂ ਕਰਕੇ ਕਿ ਆ ਜਾਓ ਫਿਰ ਕੱਢੋ ਕੀ ਆ ਤੁਹਾਡੇ ਕੋਲ ਸਮਾਨ ਆ ਲੈ ਚੱਕ ਮੈਂ ਆ ਗਿਆ ਇਹ ਤਾਂ ਭਾਜੀ ਫਿਰ ਵੇਟਰਾਂ ਦੀ ਤਾਂ ਬਸ ਹੀ ਹੁੰਦੀ ਹੋਣੀ ਵੇਟਰਾਂ ਦੀ ਉਹਦੇ ਬਫੇ ਹੁੰਦਾ ਉਹ ਪਤਾ ਹੀ ਲੱਗਦਾ ਕਿਸੇ ਨੂੰ ਅੱਛਾ ਨਾਲੇ ਮੈਂ ਐਂ ਕਰ ਦਉਂਦਾ ਇੱਕ ਚੀਜ਼ ਇੱਕ ਪਲੇਟ ਦੀ ਭਰ ਕੇ ਆਰਾਮ ਨਾਲ ਬਹਿ ਜਾਂਦਾ ਅੱਛਾ ਜੀ ਫਿਰ ਖਾ ਕੇ ਫਿਰ ਮੈਂ ਉੱਧਰ ਜਾਂਦਾ ਪਲੇਟ ਛੱਡ ਕੇ ਨਵੀਂ ਪਲੇਟ ਲੈ ਕੇ ਨਵੀਂ ਭਰ ਕੇ ਨਵੇਂ ਟੇਬਲ ਤੇ ਬਹਿਣਾ ਉਹ ਮੈਂ ਤਾਂ ਨਹੀਂ ਸੀ ਉਹ ਮੈਂ ਤਾਂ ਨਹੀਂ ਸੀ ਐ ਨਿਰਤ ਲੇਖੇ ਹਾਂ ਜਾਂ ਫਿਰ 4 ਕੁ ਬੰਦਿਆਂ ਨਾਲ ਚਲੇ ਜਾਓ ਉਹਨੂੰ ਕਹੋ 4 ਡੋਸੇ ਪਲੀਜ਼ ਹੈ ਫਿਰ ਜਦੋਂ ਆ ਗਏ ਸਾਹ ਆਉਂਦਿਆਂ ਦੇ ਕਰਵਾ ਆਰਡਰ ਡੋਸਿਆਂ ਦੀਆਂ ਬਣਾ ਕੇ ਰੋਟੀ ਵਾਲੀਆਂ ਪੂਣੀਆਂ ਉਹ ਛਕ ਜਾਈਦੀਆਂ ਕੀ ਬਾਤ ਹੈ ਹਾਂਜੀ ਅੱਛਾ ਮਾਮਿਕਾ ਜੀ ਤੁਸੀਂ ਸਾਊਥ ਦੇ ਵਿੱਚ ਫਿਲਮਾਂ ਕੀਤੀਆਂ ਹਨਾ ਤੇ ਜਿਹੜੇ ਡਾਇਰੈਕਟਰ ਨੇ ਉਹ ਕਿਵੇਂ ਸੀਨ ਸਮਝਾਉਂਦੇ ਨੇ ਮਾਮਿਕਾ ਉਧਰ ਸੇ ਵੇਲ ਗਏ ਲੋ ਵੇਲ ਹੈ ਰਵਾ ਲੈ ਲੈ ਉਹ ਮਾਮਿਕਾ ਤਾਂ ਕਿਵੇਂ ਸਮਝਾਉਂਦੇ ਕਿਆ ਨੇ ਬਤ ਉਹ ਚੀਜ਼ ਫਿਰ ਕਰਕੇ ਦੇ ਲਾਤਾ ਹਾਂ ਇੱਕ ਵਾਰ ਆ ਹੁਣ ਤੁਸੀਂ ਆ ਉਹ ਕਿੱਦਾਂ ਸੀਨ ਸਮਝਾਉਂਦੇ ਨੇ ਵਾਮਿਕਾ ਉਧਰ ਅਸੀਂ ਗੰਡੇ ਆਲੇ ਲਵਾਏ ਗਏ ਉਹ ਬੰਦਾ ਕਦੀ ਨਹੀਂ ਨਹੀਂ ਉਹ ਐਡਾ ਪ੍ਰੈਸ਼ਰ ਨੂੰ ਸ਼ੁਕਰ ਹੈ ਐ ਨਹੀਂ ਕੀਤਾ ਸਾਰੇ ਉੱਡ ਗਏ ਆਹ ਇਦਾਂ ਹੁੰਦਾ ਨਾ ਉੱਥੇ ਉਹ ਤੇ ਹਾਂ ਦੱਸੋ ਯਾਰ ਮੈਂ ਵੀ ਜਾਣਾ ਸੀਨ ਸਮਝਾਉਂਦੇ ਕਿੱਦਾਂ ਤੁਹਾਨੂੰ ਸਮਝ ਕਿੱਦਾਂ ਦੀ ਸੀਨ ਦੀ ਇੱਕ ਥੋੜੀ ਟੁੱਟੀ ਫੁੱਟੀ ਇੰਗਲਿਸ਼ 'ਚ ਸਮਝਾਉਂਦੇ ਨੇ ਔਰ ਉਧਰੋਂ ਮੈਂ ਵੀ ਮੈਨੂੰ ਵੀ ਉਨੀ ਕੀ ਬੋਲਣੀ ਪੈਂਦੀ ਹੈ ਜਿੰਨੀ ਕੁ ਉਹ ਸਮਝ ਲੈਣ ਇੰਗਲਿਸ਼ ਅੱਛਾ ਹਾਂ ਜਿਵੇਂ ਸਰ ਓਕੇ ਸੋ ਆਈ ਵਿਲ ਕਮ ਫਰੋਮ ਹੇਅਰ ਐਂਡ ਦੈਨ ਆਈ ਵਿਲ ਗੋ ਟੂ ਦਾ ਹੀਰੋ ਐਂਡ ਦੈਨ ਉਹ ਕਹੇਗਾ ਯੈਸ 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 ਆਮ ਲਾਈਕ ਓਕੇ ਪਰ ਉਹ ਡਾਇਲੌਗ ਤੁਹਾਨੂੰ ਯਾਦ ਕਿਵੇਂ ਹੁੰਦਾ ਸਾਰਾ ਮੈਂ ਜਿਵੇਂ ਕੱਲ ਮੇਰੇ ਸੀਨਸ ਹੈ ਨਾ ਸੋ ਅੱਜ ਰਾਤ ਨੂੰ 2-3 ਘੰਟੇ ਲਾ ਕੇ ਅਸਿਸਟੈਂਟ ਡਾਇਰੈਕਟਰ ਨਾਲ ਉਹ ਬੋਲੀ ਜਾਣੇ ਬੋਲੀ ਜਿੱਦਾਂ ਹੀ ਪਰ ਜਿੱਦਾਂ ਹੀ ਕੱਟ ਹੋ ਜਾਂਦਾ ਖਤਮ ਹੋ ਜਾਂਦਾ ਸੀਨ ਮੇਰੇ ਦਿਮਾਗ 'ਚੋਂ ਸਭ ਡਾਇਲੌਗ ਨਿਕਲ ਜਾਂਦੇ ਨੇ ਕੀ ਬਾਤ ਹੈ ਕੀ ਨੇ ਬਾਤਾਂ ਤੈਨੂੰ ਮੈਨੂੰ ਪਤਾ ਲੱਗੇਗਾ ਮੈਂ ਵੀ ਕਹਾਂਗਾ ਹੁਣ ਦੇਖੋ ਇਹ ਤਾਂ ਵੀ ਕਹੀ ਜਾਏਗੀ ਕਿ ਨਹੀਂ ਲਿਸਨ ਆਪਣੀ ਟੀਮ ਹੈ ਠੀਕ ਹੈ ਨਾ ਇਦਾਂ ਨਾ ਕਰੋ ਯਾਰ ਆਦਤ ਹੈ ਹਾਂਜੀ ਆਪਣੀ ਟੀਮ ਆ ਪਤੀਲੀ ਚੱਕਲਾ ਚਲੋ ਹੁਣ ਤੁਹਾਡੇ ਦੋਨਾਂ ਨੂੰ ਇੱਕ ਦੁੱਖ ਦਾ ਜਿਹਾ ਸਵਾਲ ਹੈ ਹਨਾ ਸਭ ਤੋਂ ਜ਼ਿਆਦਾ ਦੁੱਖ ਕੌਣ ਦਿੰਦਾ ਹਿਲਦਾ ਹੋਇਆ ਚਾਰਜਰ ਜਾਂ ਜਦੋਂ ਆਪਾਂ ਸਹੇਲੀ ਨੂੰ ਮੈਸੇਜ ਕਰ ਦਿੰਦੇ ਹਾਂ ਉਹ ਸੀਨ ਕਰਕੇ ਛੱਡ ਦਿੰਦੀ ਰਿਪਲਾਈ ਨਹੀਂ ਕਰਦੀ ਹਿਲਦਾ ਹੋਇਆ ਚਾਰਜਰ ਦੇਖੋ ਜੀ ਸਹੇਲੀ ਨਾ ਕਰੇ ਰਿਪਲਾਈ ਕੋਈ ਚੱਕਰ ਨਹੀਂ ਇੰਟਰਨੈਟ ਚੱਲਦਾ ਰਹਿਣਾ ਚਾਹੀਦਾ ਮੈਨੂੰ ਤਾਂ ਮੇਰੀ ਸਹੇਲੀ ਨਾ ਵੀ ਰਿਪਲਾਈ ਕਰੇ ਇਹਨੂੰ ਤਾਂ ਸਹੇਲੀ ਦੀ ਟੈਨਸ਼ਨ ਇੱਥੇ ਸਹੇਲੀ ਹੈ ਨੀ ਇਸ ਕਰਕੇ ਮੈਂ ਐਟੀਟਿਊਡ 'ਚ ਕਹਿ ਦਾ ਚਾਰਜਰ ਮੈਨੂੰ ਸਹੇਲੀ ਦੀ ਲੋੜ ਨਹੀਂ ਹੈ ਹੀ ਨਹੀਂ ਹੁਣ ਕੋਈ ਆਪਣੀ ਕਿਹੜਾ ਕੋਈ ਨਾਰਾਜ਼ ਹੋ ਜੂ ਕਰੇ ਆ ਕਿ ਆਪਣੇ ਹੀ ਕਿਉਂ ਕਹਾ ਬਿਲਕੁਲ ਇਹ ਤਾਂ ਹੈ ਅੱਛਾ ਇਸ ਸਵਾਲ ਤੋਂ ਮੈਨੂੰ ਇਹ ਪਤਾ ਲੱਗਦਾ ਕਿ ਤੁਹਾਡੇ ਦੋਨਾਂ ਦੇ ਢਿੱਲੇ ਨੇ ਚਾਰਜਰ ਜਦੋਂ ਵੀ ਹੁੰਦਾ ਬਟ ਯੂ ਰਿਮੈਂਬਰ ਲੰਡਨ 'ਚ ਤਾਂ ਹੋਇਆ ਸੀਗਾ ਤਾਂ ਜਦੋਂ ਤੁਸੀਂ ਵਾਇਰ ਲੈ ਗਏ ਸੀਗੇ ਉਹ ਲੰਡਨ 'ਚ ਮੈਂ ਦੱਸਦਾ ਇੱਕ ਵਾਰੀ ਕੀ ਹੋਇਆ ਆ ਸਭ ਤੋਂ ਜ਼ਰੂਰੀ ਗੱਲ ਹੈ ਹਾਂਜੀ ਹਾਂਜੀ ਮੈਂ ਇਹਦਾ ਸੀਨ ਚੱਲ ਰਿਹਾ ਸੀ ਅੱਛਾ ਜੀ ਮੈਂ ਕਾਫੀ ਪੀ ਰਿਹਾ ਸੀਗਾ ਇੱਕ ਰੈਸਟੋਰੈਂਟ 'ਚ ਬੈਠਾ ਮੈਂ ਨਾਰਮਲ ਕੱਲਾ ਸੌ ਪਰਮਾਤਮਾ ਝੂਠੀ ਗੱਲ ਨਹੀਂ ਹੈਗੀ ਮੈਂ ਰੈਸਟੋਰੈਂਟ 'ਚ ਆਪਦੀ ਕਾਫੀ ਪੀਤੀ ਮੈਂ ਕਾਫੀ ਪੀ ਰਿਹਾ ਕੱਲਾ ਬੈਠਾ ਬਿਜ਼ੀ ਰੈਸਟੋਰੈਂਟ ਇਹ ਮੇਰੇ ਕੋਲ ਆਉਂਦੀ ਹੈ ਕਹਿੰਦੀ ਹਾਊ ਡੇਅਰ ਯੂ ਪਤਾ ਨੀ ਤੂੰ ਇੰਗਲਿਸ਼ 'ਚ ਬੋਲ ਕੇ ਤੂੰ ਮੇਰਾ ਨਾਂ ਕੀਤਾ ਯੇ ਵੋ ਆਈ ਕਾਂਟ ਬਲੀਵ ਮੈਨੂੰ ਗਾਲਾਂ ਕੱਢ ਕੇ ਚਲੀ ਗਈ ਮੈਂ ਆਲੇ ਦੁਆਲੇ ਦੇਖਿਆ ਸਾਰਾ ਰੈਸਟੋਰੈਂਟ ਮੇਰੇ ਵੱਲ ਦੇਖ ਰਿਹਾ ਮੈਂ ਕਿਹਾ ਉਹ ਦੂਰ ਗੜੀ ਹੱਸ ਰਹੀ ਹੈ ਕਿਉਂ ਮੈਂ ਅੰਦਰ ਗਈ ਪੂਰਾ ਭਰਿਆ ਹੋਇਆ ਮੈਂ ਕਿਹਾ ਫਾਰਮਲ ਰੈਸਟੋਰੈਂਟ ਯਾਰ ਫਾਈਨ ਡਾਈਨਿੰਗ ਰੈਸਟੋਰੈਂਟ ਬੰਦੇ ਕੋਟ ਪੈਂਟ ਪਾ ਕੇ ਬੱਚਿਆਂ ਨਾਲ ਆਏ ਹੋਏ ਡੈਜ਼ਰਟ ਡੂਜ਼ਰਟ ਚੱਲ ਰਿਹਾ ਉੱਥੇ ਉਹਨਾਂ ਦਾ
ਵੱਡਾ ਰੈਸਟੋਰੈਂਟ ਸੀ ਮੈਂ ਇਕੱਲੀ ਕਾਫੀ ਲੈ ਕੇ ਸਾਈਡ ਤੇ ਬੈਠਾ ਸੀਗਾ ਠੰਡ 'ਚ ਹਾਂ ਮੈਂ ਗਈ ਮੈਂ ਕਿਹਾ ਹਾਊ ਡੇਅਰ ਯੂ ਮੈਨੂੰ ਪਤਾ ਸੀ ਤੂੰ ਧੋਖਾ ਦੇਗਾ ਯੂ ਚੀਟਡ ਔਨ ਮੀ ਮੈਨੂੰ ਕਹਿੰਦੇ ਯੂ ਚੀਟਡ ਔਨ ਮੀ ਕਹਿ ਕੇ ਚਲੀ ਗਈ ਸਾਰੇ ਮੂਰੇ ਮੈਂ ਸਾਰੇ ਚਾਰਜਰ ਨਾਲ ਮੈਂ ਚਾਰਜਰ ਸੀਗਾ ਆਈ ਨਹੀਂ ਕਿ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ ਪਰ ਮੈਨੂੰ ਤਾਂ ਪਤਾ ਮੈਂ ਨਾਲ ਪਾਵਰ ਬੈਂਕ ਸੀਗਾ ਮੈਂ ਕਿਹਾ ਆਹ ਵਾਪਸ ਕਰ ਮੈਨੂੰ ਔਰ ਮੈਂ ਪੂਰਾ ਸੀਨ ਕ੍ਰੀਏਟ ਕਰਕੇ ਚਲੀ ਗਈ ਐਨੇ ਨਾ ਕੱਚਾ ਜਿਹਾ ਹੋ ਕੇ ਕਿਉਂ ਵੀ ਵੀਰਾ ਮੈਂ ਐਨ ਉੱਤੇ ਵਾਪਸ ਗਲਾਸ ਵਾਲ ਦਾ ਕੇ ਮੈਂ ਹੋ ਗਿਆ ਜੇ ਜ਼ਰੂਰੀ ਹੈ ਤਾਂ ਮੈਂ ਕਰਾਇਆ ਕੰਮ ਤੇ ਕਿੱਦਾਂ ਦੀ ਫੋਟੋ ਹੈਗੀ ਭਾਜੀ ਤੇ ਜਦੋਂ ਤੁਸੀਂ ਮੇਰੇ 6 ਵਾਲੀ ਫੋਟੋ ਆ ਆਈ ਵਾਂਟ ਟੂ ਸੀ ਦਿਸ ਮੇਰੇ ਕੋਲ ਪਰਸ ਹੈ ਹੀ ਨਹੀਂ ਮੇਰੇ ਕੋਲ ਇਸ ਵੇਲੇ ਮੈਂ ਬਚ ਗਿਆ ਯਾਰ ਤੇ ਤੁਹਾਡਾ ਵੀ ਹੈਗਾ ਆਧਾਰ ਕਾਰਡ ਹਾਂ ਇਹਦਾ ਕੁੜੀਆਂ ਵਧੀਆ ਲੱਗਦੀਆਂ ਹੁੰਦੀਆਂ ਕਿਉਂਕਿ ਮੈਂ ਰੀਸੈਂਟਲੀ ਬਣਵਾਇਆ ਸੀ ਅੱਛਾ ਮਤਲਬ ਕੱਲ ਬਣਵਾਇਆ ਤੁਸੀਂ ਇਹਨੇ ਰੀਸੈਂਟਲੀ ਸ਼ੇਵ ਕਰਾ ਕੇ ਬਣਾਇਆ ਸੀ ਦਾੜੀ ਤੋਂ ਬਿਨਾਂ ਹੀ ਆਦਾ ਵੀ ਓ ਯਾਰ ਵਾਹ ਕਿਆ ਕਿਆ ਨੇ ਬਾਤਾਂ ਸੱਚੀ ਤੁਹਾਡਾ ਗਾਣਾ ਆਇਆ ਤੁਹਾਡੇ ਨਾਲ ਵੀ ਮੇਰੇ ਵਾਂਗੂ ਕੋਈ ਸੈੱਟ ਨੀ ਹੈਗੀ ਸੱਚੀ ਦੇ ਵਿੱਚ ਮਤਲਬ ਇੱਦਾਂ ਦੇਖੋ ਸੱਚ ਸੱਚ ਮੇਰਾ ਸੈੱਟ ਤਾਂ ਨੀ ਗਈ ਸੈੱਟ ਤਾਂ ਨੀ ਮੂਰਖ ਤਾਂ ਨੀ ਮੈਂ ਮੇਰਾ ਸੈੱਟ ਨੀ ਹੈਗੀ ਕੁੜੀ ਇਹ ਸੈੱਟ ਬੁਰਾ ਸ਼ਬਦ ਹੈ ਮੇਰੀ ਕੋਈ ਗਰਲਫ੍ਰੈਂਡ ਨੀ ਹੈਗੀ ਕੋਈ ਨੀ ਹੈਗੀ ਨਹੀਂ ਤੂੰ ਆ ਕੇ ਦੇਖਦੀ ਮੇਰੇ ਵੱਲ ਫੋਨ ਤੇ ਅੱਛਾ ਮੈਂ ਫੋਨ ਤੇ ਤਾਂ ਮੈਂ ਲੱਗੇ ਹੀ ਰਹਿਣਾ ਪਰ ਮੇਰੀ ਗਰਲਫ੍ਰੈਂਡ ਹੀ ਹੈਗੀ ਜਦੋਂ ਕਈ ਵਾਰੀ ਇਦਾਂ ਗੱਲ ਹੋ ਰਹੀ ਹੁੰਦੀ ਹੈ ਫਿਰ ਮੈਂ ਘਰੇ ਗੱਲ ਕਰਾਂਗਾ ਮੰਮੀ ਫਿਰ ਕਰਾ ਦੇ ਫੋਨ ਆਈ ਲਵ ਯੂ ਮਾਤਾ ਨਹੀਂ 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 ਭਾਈ ਦੀ ਕੋਈ ਗਰਲਫ੍ਰੈਂਡ ਨਹੀਂ ਹੈਗੀ ਹਾਂ ਤੂੰ ਅੜ ਜਾ ਮਾਮਕਾ ਕਿਆ ਨੇ ਬਾਤਾਂ ਅੱਛਾ ਭਾਜੀ ਬੜਾ ਮਜ਼ਾ ਆ ਰਿਹਾ ਤੁਹਾਡੇ ਨਾਲ ਚਾਹ ਤੇ ਚੁਸਕੀ ਲਾ ਕੇ ਗੱਲਾਂ ਬਾਤਾਂ ਬਹੁਤ ਵਧੀਆ ਹੋ ਰਹੀਆਂ ਨੇ ਤੇ ਇੱਕ ਸਿਚੁਏਸ਼ਨ ਹੈ ਹਨਾ ਸਿਚੁਏਸ਼ਨ ਇਹ ਹੈ ਕਿ ਤੁਹਾਡਾ ਭਾਜੀ ਕਿਸੇ ਕੁੜੀ ਨਾਲ ਬ੍ਰੇਕਅਪ ਹੋ ਚੁੱਕਿਆ ਠੀਕ ਹੈ ਤੁਹਾਡੇ ਮਾਮਿਕਾ ਜੀ ਬੈਸਟ ਫਰੈਂਡ ਨੇ ਤੇ ਅੰਦਰੋਂ ਦੀ ਇਹ ਤੁਹਾਨੂੰ ਲਾਈਕ ਕਰਦੇ ਨੇ ਹਨਾ ਤੇ ਹਲਕਾ ਹਲਕਾ ਤੁਹਾਡੇ ਦਿਲ ਦੇ ਵਿੱਚੋਂ ਪੁਰਾਣੀ ਗਰਲਫ੍ਰੈਂਡ ਕੱਢ ਰਹੇ ਨੇ ਤੇ ਆਪਣੀ ਜਗ੍ਹਾ ਬਣਾ ਰਹੇ ਨੇ ਠੀਕ ਹੈ ਜੀ ਇੰਟਰਸਟਿੰਗ ਕੰਪਲਿਕੇਟਿਡ ਕੈਰੈਕਟਰ ਮੈਂ ਤੁਹਾਨੂੰ ਕਹਿ ਦਿੰਦਾ ਉਹਨੇ ਮੇਰਾ ਫੋਨ ਤੇ ਤੋੜਦਾ ਉਹਨੇ ਮੇਰਾ ਦਿਲ ਅੱਛਾ ਅੱਛਾ ਪਰ ਮੇਰੀ ਨਹੀਂ ਮੇਰੀ ਗੱਲ ਕੀ ਹੋਇਆ ਲਾਡੀ ਕੀ ਹੋਇਆ ਬੰਤੂ ਨੇ ਨਾ ਕਰਤੀ ਤੂੰ ਕਿਉਂ ਰੋ ਰਿਹਾ ਬੰਤੂ ਪਿੱਛੇ ਹਾਂ ਉਹ ਤਾਂ ਹੈ ਹੀ ਇਹੋ ਜਿਹੀ ਤੂੰ ਉਹ ਤੈਨੂੰ ਡਿਜ਼ਰਵ ਨਹੀਂ ਕਰਦੀ ਲਾਡੀ ਮੈਨੂੰ ਪਤਾ ਤੂੰ ਮੈਂ ਤਾਂ ਉਹਨੂੰ ਕਰਦਾ ਨਾ ਨਹੀਂ ਲਾਡੀ ਤੂੰ ਇਦਾਂ ਨਾ ਰੋ ਤਿੰਨ ਹਫ਼ਤੇ ਤੋਂ ਅਸੀਂ ਗੱਲ ਕਰ ਰਹੇ ਸੀ ਇਕੱਠੇ ਮੈਨੂੰ ਸੱਚਾ ਪਿਆਰ ਹੋ ਗਿਆ ਸੀ ਕੋਈ ਗੱਲ ਨੀ ਲਾਡੀ ਕੁਛ ਨੀ ਹੁੰਦਾ ਛੱਡ ਦੇ ਭੁੱਲ ਜਾ ਬੰਤੋ ਨੂੰ ਬੰਤੋ ਤਾਂ ਜ਼ਿਆਦਾ ਸੋਹਣੀਆਂ ਬੰਤੋ ਟੈਲੈਂਟਡ ਬੰਤੋ ਮੈਂ ਜਿੱਥੇ ਦੇਖਦਾ ਮੈਨੂੰ ਬੰਤੋ ਹੀ ਦੇਖਦੀ ਆ ਬੰਤੋ ਤੂੰ ਮੈਨੂੰ ਕਿਉਂ ਛੱਡ ਗਈ ਇਹ ਬੰਤੋ ਬੰਤੋ ਮੈਡਮ ਤੁਹਾਡਾ ਪਤਾ ਕਟਾ ਗਿਆ ਇਸ ਸਟੋਰੀ ਕਿਤੇ ਹੋਰ ਚਲ ਗਈ ਨਹੀਂ ਇਸ ਸਟੋਰੀ ਕਿਤੇ ਹੋਰ ਚਲ ਗਈ ਉਹ ਬੰਦੇ ਕਿਹੜਾ ਕੀ ਕਰ ਰਿਹਾ ਸੀ ਉਹ ਮੈਨੂੰ ਕਰੈਕਟਰ ਚ ਕੱਢਦਾ ਸੀ ਏ ਪਰਮੇਸ਼ੂ ਸਹੀ ਗੱਲ ਸਿਖਾਣਾ ਸਾਰਿਆਂ ਨੂੰ ਗਾਲ ਨਹੀਂ ਕੱਢਣੀ ਨਾਲੇ ਜ਼ਿਆਦਾ ਦੇਰ ਛੜਾ ਨਾ ਰਹੀ ਵਿਆਹ ਕਰਾ ਲੈ ਚੰਗਾ ਹਾਂਜੀ ਜੀ ਜੀ ਹਾਂਜੀ ਜੀ ਥੈਂਕ ਯੂ ਜਾਈ ਜੀ ਸੁਣ ਰਹੇ ਹੋ ਚਾਈ ਨੇ ਵੀ ਕਹਿਤਾ ਹੁਣ ਵਧੀਆ ਗੱਲ ਕਹਿਤੀ ਹਨਾ ਚਾਈ ਨੇ ਚਾਈ ਤੂੰ ਮੇਰੀ ਮਾਸੀ ਵਰਗੀਆਂ ਗੱਲਾਂ ਕਰਦੀਆਂ ਭਾਜੀ ਸਾਡੇ ਚਾਈ ਨੇ ਕਲਾਕਾਰਾਂ ਨਾਲ ਭਾਜੀ ਬਹੁਤ ਮੋਹ ਕਰਦੇ ਨੇ ਮੇਰੀ ਚਾਹ ਦਾ ਵੀ ਬਹੁਤ ਮੋਹ ਕਰਦੇ ਨੇ ਅੱਛਾ ਚਲੋ ਮੈਂ ਤੁਹਾਨੂੰ ਇੰਨੇ ਸਵਾਲ ਪੁੱਛੇ ਨੇ ਹਾਂਜੀ ਕਿ ਸਭ ਤੋਂ ਖਤਰਨਾਕ ਦੁਨੀਆ ਦਾ ਸਵਾਲ ਕੀ ਹੈ ਹੋਰ ਦੱਸੋ ਉਦੋਂ ਹੀ ਖਤਰਨਾਕ ਹੈ ਮੈਂ ਠੀਕ ਹੈ ਤੁਸੀਂ ਦੱਸੋ ਉਹੀ ਤਾਂ ਮੈਂ ਕਹਿ ਰਿਹਾ ਕੁਛ ਤਾਂ ਦੱਸੋ ਹੋਰ ਦੱਸੋ ਸਭ ਵਧੀਆ ਤੁਸੀਂ ਦੱਸੋ ਹਾਂਜੀ ਸਭ ਵਧੀਆ ਤੁਸੀਂ ਦੱਸੋ ਮੇਰਾ ਤਾਂ ਵਧੀਆ ਸਾਡੇ ਦੋਨਾਂ ਦਾ ਤੁਸੀਂ ਦੱਸੋ ਪਰ ਮੈਂ ਦੱਸਦਾ ਹਾਂਜੀ ਮੇਰਾ ਤਾਂ ਠੀਕ ਠਾਕ ਹੈ ਤੁਸੀਂ ਦੱਸੋ
ਸੱਚੀ ਸੌਣ ਲੱਗੇ ਕੱਲ ਤੱਕ ਮੈਂ ਵਧੀਆ ਸੀਗਾ ਤੇ ਅੱਜ ਸਵੇਰੇ ਬਹੁਤ ਵਧੀਆ ਤੁਸੀਂ ਦੱਸੋ ਹਾਂਜੀ ਮੈਂ ਵੀ ਅੱਜ ਇੰਨੀ ਵਧੀਆ ਇੰਨਾ ਵਧੀਆ ਮਜ਼ਾ ਆ ਰਿਹਾ ਤੁਸੀਂ ਦੱਸੋ ਹੋਰ ਦੱਸੋ ਮੈਂ ਤੁਹਾਨੂੰ ਗੱਲ ਦੱਸਾਂ ਪਤਾ ਕੀ ਹੋਰ ਦੱਸ ਪਤਾ ਕੀ ਮੈਂ ਤੁਹਾਨੂੰ ਦੱਸਦਾ ਤੁਸੀਂ ਦੋਨੋਂ ਛੱਡੋ ਤੁਸੀਂ ਸੁਣਾਓ ਦੋਨੋਂ ਜਾਣੇ ਕਹਿੰਦਾ ਭਾਜੀ ਨਹੀਂ 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 ਭਾਜੀ ਚੱਲ ਜੇ ਤੂੰ ਚੱਕੀ ਭੈਣ ਜੀ ਕਹਿ ਦਿੰਦੇ ਆ ਜਿਹੜੇ ਨਜ਼ਰਾਂ ਭਾਜੀ ਨੇ ਪੀ ਡਬਲ ਏ ਲਿਖਿਆ ਬੀ ਐਚ ਹੁੰਦਾ ਭਾਜੀ ਜਿਹੜੇ ਨਜ਼ਰਾਂ ਤੋਂ ਡਿੱਗ ਜਾਂਦੇ ਨੇ ਉਹ ਆਪੇ ਉੱਠਦੇ ਨੇ ਕਿ ਉਹਨਾਂ ਨੂੰ ਜੇ ਸੀ ਬੀ ਮੰਗਾਉਣੀ ਪੈਂਦੀ ਆ ਨਜ਼ਰਾਂ ਤੋਂ ਚੱਕਣ ਵਾਸਤੇ ਨਜ਼ਰਾਂ ਜਦੋਂ ਡਿੱਗ ਜਾਂਦਾ ਬੰਦਾ ਉਹ ਆਪੇ ਉੱਠ ਜਾਂਦਾ ਕਿ ਉਹਨੂੰ ਜੇ ਸੀ ਮੰਗਾਉਣੀ ਇਹ ਮੈਨੂੰ ਲੱਗਦਾ ਜਿਹੜਾ ਬੰਦਾ ਨਜ਼ਰਾਂ ਚੋਂ ਡਿੱਗ ਜਾਂਦਾ ਉਹਨੂੰ ਜੇ ਸੀ ਬੀ ਵੀ ਨਹੀਂ ਚੱਕ ਸਕਦਾ ਅਰੇ ਕਿਆ ਬਾਤ ਹੈ ਜੇ ਇੱਥੇ ਭਾਜੀ ਲਿਖਿਆ ਹੋਇਆ ਤਾਂ ਨਾ ਪੜਿਓ ਭਾਜੀ ਭਾਜੀ ਜੀ ਲਿਖਦਾ ਸਟੂਡੈਂਟਾਂ ਨੂੰ ਹਾਂ ਸਭ ਤੋਂ ਜ਼ਿਆਦਾ ਦੁੱਖ ਕਦੋਂ ਲੱਗਦਾ ਦੇਖੋ ਸਟੂਡੈਂਟਾਂ ਦੇ ਤਾਂ ਬਹੁਤ ਦੁੱਖ ਹੁੰਦੇ ਨੇ ਅੱਛਾ ਪੇਪਰ ਤੋਂ ਬਾਅਦ ਸਹੇਲੀ ਨਾਲ ਲੜਾਈ ਹੋ ਜੇ ਫਲੈਂਗ ਆ ਜੇ ਅੱਗੇ ਸੀਟ ਹੋ ਜੇ ਬੰਦੇ ਦੀ ਪਹਿਲੀ ਰੋ ਚ ਕੋਈ ਪੁਰਾਣੇ ਮਾਸਟਰ ਜੀ ਨਾਲ ਲੱਗਦੀ ਆ ਉਹਦੀ ਡਿਊਟੀ ਲੱਗ ਜੇ ਮੋਬਾਈਲ ਦੀ ਬੈਟਰੀ ਮੁੱਕ ਜੇ ਕਾਫੀ ਪ੍ਰੋਬਲਮਸ ਆ ਸਕਦੀਆਂ ਨੇ ਸਟੂਡੈਂਟਸ ਨੂੰ ਜਿਹਦੇ ਬਲੂਟੁੱਥ ਨਾ ਕੰਮ ਕਰੇ ਜਿਹਨੂੰ ਕੋਈ ਕੁਛ ਗਿਫਟ ਦਿੱਤਾ ਹੁੰਦਾ ਉਹ ਗਿਫਟ ਲੈ ਕੇ ਆਪ ਹੀ ਨਾ ਆਵੇ ਹੈਲਪ ਕਰਨ ਤਾਂ ਦੁੱਖ ਤਾਂ ਬਹੁਤ ਨੇ ਜੀ ਸਟੂਡੈਂਟ ਬਿਲਕੁਲ ਏਦਾਂ ਲੱਗਣ ਡਿਆ ਮੈਨੂੰ ਸਾਰੇ ਦੁਨੀਆਂ ਦੇ ਦੁੱਖ ਸਟੂਡੈਂਟਾਂ ਨੂੰ ਹੀ ਨੇ ਹਾਂਜੀ ਕਹਿੰਦਾ ਯਾਰ ਸਟੂਡੈਂਟਾਂ ਦਾ ਦੇਖੋ ਲਾਈਫ ਬਹੁਤ ਔਖੀ ਹੁੰਦੀ ਔਨ ਸੀਰੀਅਸ ਨੋਟ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ ਲਾਈਫ ਬਹੁਤ ਔਖੀ ਹੁੰਦੀ ਹੈ ਅਤੇ ਐਂਡ ਆਈ ਫੀਲ ਇਹ ਮੇਰੀ ਡਿਊਟੀ ਆ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਦੀ ਗੱਲ ਦੁਨੀਆਂ ਤੱਕ ਪਹੁੰਚਾਉਣੀ ਜੋ ਉਹਨਾਂ ਦੇ ਸੈਕਰੀਫਾਈਜ਼ ਨੇ ਸਟੋਰੀਜ਼ ਨੇ ਨਹੀਂ ਬਿਲਕੁਲ ਭਾਅ ਜੀ ਬੜੇ ਮਿਹਨਤ ਕਰਦੇ ਚੱਲ ਤੂੰ ਆਪਦੇ ਕਮੇਡੀ ਮੂਡ 'ਚ ਆ ਜਾ ਦਿਖਾ ਅਗਲਾ ਕੁਐਸਚਨ ਕਮੇਡੀ ਮੂਡ 'ਚ ਆਉਂਦੇ ਆ ਤੁਹਾਡੀ ਉਹ ਕਿਹੜਾ ਮੂਡ ਸੀ ਗਲਤ ਮੂਡ ਦਾ ਆ ਜਰਾ ਫਿਰ ਨਹੀਂ ਗਲਤ ਮੂਡ ਫਿਰ ਨਾ ਭਾਅ ਜੀ ਮੂਡ ਨਹੀਂ ਗਲਤ ਹੈ ਚੇਂਜ ਓਵਰ ਹੁੰਦਾ ਹਾਂਜੀ ਹਾਂਜੀ ਉਹ ਸਵਾਲ ਕਹਦਾ ਭਾਜੀ ਆ ਜਿਹੜਾ ਗੁੱਸਾ ਆਉਂਦਾ ਪੈਦਲ ਆਉਂਦਾ ਟੈਂਪੂ ਤੇ ਆਉਂਦਾ ਲਿਫਟ ਮੰਗ ਕੇ ਆਉਂਦਾ ਕਿ ਕੈਬ ਕਰਕੇ ਆਉਂਦਾ ਮੈਨੂੰ ਲੱਗਦਾ ਬੰਦੇ ਬੰਦੇ ਤੇ ਡਿਪੈਂਡ ਕਰਦਾ ਅੱਛਾ ਤੁਹਾਨੂੰ ਗੁੱਸਾ ਕਿਵੇਂ ਆਉਂਦਾ ਸਾਈਕਲ ਤੇ ਆਉਂਦਾ ਗੁੱਸਾ ਹੌਲੀ ਹੌਲੀ ਆਉਂਦੇ ਨੇ ਯਾ ਬਿਲਡ ਅਪ ਬੇਵਕੂਫਾਂ ਵਾਲੀ ਗੱਲਾਂ ਕਰਦੇ ਨਾ ਫਾਲਤੂ ਦੇ ਜੋਕਸ ਔਰ ਜਿਹਨਾਂ ਦਾ ਕੋਈ ਮਤਲਬ ਨੀ ਹੁੰਦਾ ਉਦੋਂ ਮੈਨੂੰ ਗੁੱਸਾ ਆਉਂਦਾ ਕਿ ਮਤਲਬ ਦੇਖੋ ਅਗਲੇ ਮੈਂ ਆਪੇ ਪੜ੍ਹ ਲੈਣਾ ਪਰਚੀ ਬਾਤਾਂ ਤੁਸੀਂ ਬਚ ਕੇ ਰਹੋ ਮੈਡਮ ਨੂੰ ਗੁੱਸਾ ਆ ਜ਼ਿਆਦਾ ਆਖਰੀ ਸਵਾਲ ਰਹਿ ਗਿਆ ਜੀ 3 ਮਈ ਨੂੰ ਪਤਾ ਲੱਗਣਗੀਆਂ ਕਿਆ ਨੇ ਬਾਤਾਂ ਏਦਾਂ ਨਾ ਵੇਖੋ ਮੈਨੂੰ ਘੂਰ ਕੇ ਅੱਛਾ ਜਿਹੜੀ ਇਹ ਇਸ਼ਕ ਬਿਮਾਰੀ ਹੁੰਦੀ ਹੈ ਹਨਾ ਇਹ ਐਸੀ ਬਿਮਾਰੀ ਹੈ ਪਰ ਇਹਦੀ ਦਵਾਈ ਮੈਡੀਕਲ ਸਟੋਰ ਤੋਂ ਕਿਉਂ ਨਹੀਂ ਮਿਲਦੀ ਇਹ ਤੁਹਾਡਾ ਸਵਾਲ ਇਸ਼ਕ ਬਿਮਾਰੀ ਦੀ ਇਸ਼ਕ ਬਿਮਾਰੀ ਯਾਰ ਦੇਖ ਪਤਾ ਹੈਗੀ ਜਿਹੜਾ ਇਸ਼ਕ ਨਾ ਉਹ ਬਿਮਾਰੀ ਹੈ ਹਾਂਜੀ ਜਿਹੜਾ ਤੁਹਾਨੂੰ ਲਾਉਂਦਾ ਨਾ ਇਲਾਜ ਵੀ ਉਹਦੇ ਕੋਲ ਹੀ ਹੁੰਦਾ ਆਏ ਵਾਹ ਅਮੇਜ਼ਿੰਗ ਥੈਂਕ ਯੂ ਇਹ ਇਸ ਤੋਂ ਬੈਟਰ ਆਨਸਰ ਨਹੀਂ ਹੋ ਸਕਦਾ ਸੀ ਕੋਈ ਨਹੀਂ ਹੋ ਸਕਦਾ ਬਿਲਕੁਲ ਜੀ ਸੱਚੀ ਭਾਜੀ ਇੰਟੈਲੀਜੈਂਟ ਯਾਰ ਇਹੀ ਨੇ ਮੇਰੇ ਦਿਲ ਦੀਆਂ ਗੱਲਾਂ ਹਾਂਜੀ 3 ਮਈ ਨੂੰ ਜੀ ਠੀਕ ਹੈ ਨਾ ਜੀ ਹਾਂਜੀ ਦੇਖ ਲਾ ਮੈਂ ਗੱਲਾਂ ਲੈ ਆਉਣਾ ਨਾ ਮੈਨੂੰ ਲੱਗਦਾ ਕਿ ਦਿਲ ਦੀਆਂ ਗੱਲਾਂ ਦੇ ਵਿੱਚ ਲਾਡੀ ਇਹੋ ਜਿਹੀਆਂ ਗੱਲਾਂ ਕਰਦਾ ਸੋਹਣੀਆਂ ਸੋਹਣੀਆਂ ਜਿਹੀਆਂ ਮਤਲਬ ਜੇ ਤੁਸੀਂ ਸੁਣ ਰਹੇ ਹੋਵੋਗੇ ਔਰ ਇੱਕਦਮ ਦਿਲ ਨੂੰ ਲੱਗਦੇ ਨੇ ਲਾਈਕ ਆਹ ਛਤਰਗਾਂ ਨਾਲ ਹੀ ਕਰਦਾ ਸ਼ੁਰੂ
ਮਤਲਬ ਕਰਿੰਗ ਯੂ ਥੀਏਟਰਸ ਚ ਨਾ ਜਦੋਂ ਵੀ ਜਿਹੜਾ ਫਿਲਮ ਨਾ ਜਾਣ ਜਾਣ ਲੱਗਦੀ ਹੈ ਇੱਕ ਸੈਕਿੰਡ ਥੈਂਕ ਯੂ ਜਦੋਂ ਅੱਛੀ ਤੂੰ ਐਂਡਾ ਕਹਿ ਰਿਹਾ ਫਿਲਮ ਜ਼ਰੂਰ ਦੇਖਿਓ ਨਹੀਂ ਨਹੀਂ ਦੱਸ ਲੈ ਦੋ ਉਹਨਾਂ ਨੂੰ ਅਣੀ ਕ੍ਰਿਸਪ ਨਾ ਸਮਝੀ ਡਾਇਰੈਕਟਰ ਨਹੀਂ ਆ ਨਾ ਸੁਣੋ ਤੁਸੀਂ ਲਾਡੀ ਦਿਲ ਦੇ ਗੱਲਾਂ ਚਾਹੀਓ ਜੇ ਗੱਲਾਂ ਕਰਦਾ ਕਰਿੰਗ ਯੂ ਥੀਏਟਰ ਵਿੱਚ ਜਿੰਨੀਆਂ ਕੁੜੀਆਂ ਹੋਣਗੀਆਂ ਉਹ ਤੇ ਨਿਕਲੂਗੀ ਦੇਖਿਓ ਸੱਚੀ ਨਿਕਲੂਗੀ ਫੋਰ ਥਰਡ ਟਾਈਮ ਬਾਅਦ ਹਾਂ ਨਹੀਂ ਨਹੀਂ ਯਾ ਬਹੁਤ ਸੋਹਣੀ ਉਸ ਮੈਂ ਲਾਦਾ ਮੁੰਡਿਆਂ ਦੇ ਪੱਖ ਦੀ ਗੱਲ ਜਾਣਾ ਕਰਦਾ ਨਹੀਂ ਯਾਰ ਪਰ ਜਿਹੜੀਆਂ ਕੁਝ ਗੱਲਾਂ ਚਲੋ ਆਪਾਂ ਲੈਟਸ ਡਿਸਾਈਡ ਲੈਟ ਦ ਪੀਪਲ ਹਾਂ ਬੀਇੰਗ ਅ ਗਰਲ ਆਈ ਏਮ ਟੈਲਿੰਗ ਯੂ ਹਾਂ ਬਿਲਕੁਲ ਬਿਲਕੁਲ ਹਾਂ ਡਿਸਾਈਡ ਆਡੀਅנס ਨੂੰ ਵੀ ਕਹਿ ਦੋ ਫਿਲਮ 3 ਮਈ ਨੂੰ 3 ਤਰੀਕ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਦਿਲ ਦੀਆਂ ਗੱਲਾਂ ਤੇ ਆਲਮੋਸਟ 2 ਸਾਲ ਦੀ ਪ੍ਰੈਪਰੇਸ਼ਨ ਤੋਂ ਬਾਅਦ ਇਹ ਫਿਲਮ ਫਾਈਨਲ ਹੋਈ ਹੈ ਜੀ ਸੋ ਵੀ ਵਰਕ ਰੀਲੀ ਹਾਰਡ ਫॉर ਇਟ ਵਾਮਿਕ ਹੈਸ ਡਨ ਅ ਫੈਂਟੈਸਟਿਕ ਜੌਬ ਮੈਨੂੰ ਲੱਗਦਾ ਨਤਾਸ਼ਾ ਵੜੈਸ ਕੋਈ ਹੋਰ ਨਿਭਾ ਸਕਦਾ ਸੀ ਇਹ ਮੈਂ ਤੈਨੂੰ ਗੱਲ ਪਹਿਲਾਂ ਵੀ ਕਹੀ ਹੋਈ ਹੈ ਜਦੋਂ ਮੈਂ ਰਫ ਦੇਖਿਆ ਸੀਗਾ ਸੋ 3 ਮਈ ਨੂੰ ਮੂਵੀ ਦੇਖੋ ਜੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੂ ਅਤੇ ਇੱਕ ਛੋਟੀ ਜਿਹੀ ਬੇਨਤੀ ਹੈ ਬਸ ਇੰਨੀ ਕਿ ਜਿਹੜਾ ਫਿਲਮ ਦਾ ਰਿਵਿਊ ਹੈ ਉਹ ਤੁਸੀਂ ਆਪਣੇ ਫੇਸਬੁੱਕ ਸਨੈਪਚੈਟ ਅਤੇ ਇੰਸਟਾ 'ਤੇ ਆਪ ਦੇਣਾ ਜੇ ਫਿਲਮ ਨੂੰ 5 ਚੋਂ 5 ਦਿੰਦੇ ਹੋ ਤਾਂ ਵੀ ਜੇ 5 ਚੋਂ 0 ਦਿੰਦੇ ਹੋ ਤਾਂ ਵੀ ਤੁਸੀਂ ਆਪ ਦਿਓ ਕਿਉਂਕਿ ਮੈਂ ਚਾਹੁੰਦਾ ਜਿਹੜੀ ਆਡੀਅੰਸ ਹੈ ਜੋ ਫਿਲਮ ਦੇਖਣ ਜਾਂਦੀ ਆ ਉਹ ਫਿਲਮ ਨੂੰ ਜੱਜ ਕਰੇ ਨਾ ਕਿ ਕੋਈ ਐਕਸ ਵਾਈ ਜ਼ੀ ਬੰਦਾ ਔਰ ਸਾਨੂੰ ਓਨੈਸਟ ਰਿਵਿਊਜ਼ ਮਿਲੇ ਹਾਂਜੀ ਜੀ ਬਿਲਕੁਲ ਅਤੇ ਮੇਰੇ ਵੱਲੋਂ ਵੀ ਪੂਰੀਆਂ ਪੂਰੀਆਂ ਦੁਆਵਾਂ ਨੇ ਭਾਜੀ ਕਿ ਤੁਹਾਡੀ ਫਿਲਮ ਦਿਲ ਦੀਆਂ ਗੱਲਾਂ ਸੁਪਰ ਡੁਪਰ ਹਿੱਟ ਸਕਸੈਸਫੁਲ ਤੇ ਮੈਂ ਤੈਨੂੰ ਇਹ ਦਿਲੋਂ ਦੁਆ ਕਰਨਾ ਕਿ ਅਗਲੀ ਵਾਰੀ ਜਦੋਂ ਅਸੀਂ ਆਈਏ ਇੱਥੇ ਚਾਹ ਦੇ ਨਾਲ ਨਾਲ ਮੈਂ ਕਹਿੰਦਾ ਸਮੋਸੇ ਵੀ ਹੋਣ ਕਿਆ ਬਾਤ ਆ ਮਤਲਬ ਮੇਰੀ ਤਰੱਕੀ ਹੋ ਜਾਏ ਤਰੱਕੀ ਹੋ ਜਾਏ ਕਿਆ ਬਾਤ ਆ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਤੇ ਕਿੱਦਾਂ ਦਾ ਲੱਗਾ ਭਾਜੀ ਪਾਰੇ ਦੀ ਰੇੜੀ ਤੇ ਆ ਕੇ ਮੈਂ ਕਹਿੰਦਾ ਟਾਈਮ ਘੱਟ ਸੀ ਸਾਡੇ ਕੋਲੇ ਅੱਛਾ ਜੀ ਤੇ ਪਰ ਜੇ ਜ਼ਿਆਦਾ ਹੁੰਦਾ ਫਿਰ ਵੀ ਆਪਾਂ ਇੰਨਾ ਟਾਈਮ ਹੀ ਰਹਿਣਾ ਸੀ ਠੀਕ ਹੈ ਜੀ ਤੇ ਹੁਣ ਇਜਾਜ਼ਤ ਲੈ ਲਈ ਮਿਲਦਾ ਹੈ ਜੀ ਪਾਰਾ ਸਿੰਘ ਅਗਲੀ ਵਾਰੀ ਬਾਏ ਬਾਏ ਸਤਿ ਸ੍ਰੀ ਅਕਾਲ ਆਦਾਬ ਕਿਆ ਨੇ ਬਾਤਾਂ 3 ਮਈ